ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਆਪ ਜੀ ਦਾਸ ਗੁਰਪ੍ਰੀਤ ਸਿੰਘ ਹੋਈ ਅਕਾਲ ਅਨਸੈਂਸਰ ਪ੍ਰੋਗਰਾਮ ਸਵਾਗਤ ਕਰਦਾ ਤੇ ਅੱਜ ਦਾ ਜੋ ਮੁੱਦਾ ਹੈਗਾ ਉਹਦੇ ਵਿੱਚ ਖਾਸ ਗੱਲ ਹੈਗੀ ਕਿ ਸ਼ਾਹਰੁਖ ਖਾਨ ਵੱਲੋਂ, ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਵੱਲੋਂ ਜੋ ਦੀ ਜੋ ਪਿਕਚਰ ਨਵੀਂ ਜੋ ਜ਼ੀਰੋ ਨਾਮ ਦੀ ਆ ਰਹੀ ਹੈ ਉਸਦੇ ਪੋਸਟਰ ਦੇ ਵਿੱਚ ਉਹਦੇ ਵੱਲੋਂ ਕਿਰਪਾਨ ਗਾਤਰੇ ਸਮੇਤ ਪਾ ਕੇ ਇੱਕ ਤਸਵੀਰ ਜਿਹੜੀ ਹੈਗੀ ਸਾਹਮਣੇ ਤੋਂ ਸਕਰੀਨ 'ਤੇ ਵੀ ਦੇਖ ਸਕਦੇ ਹੋ ਜੋ ਆ ਰਹੀ ਹੈ, ਜਿਹਦੇ ਕਰਕੇ ਸਿੱਖ ਕੌਮ ਦੇ ਹੋਰ ਸਿੱਖ ਦਰਦੀਆਂ ਦੇ ਜੋ ਹਿਰਦੇ ਆ ਉਹ ਵਲੂੰਤਰੇ ਗਏ ਨੇ, ਉਹਨਾਂ ਦਾ ਵਿਰੋਧ ਵੀ ਕੀਤਾ ਗਿਆ ਹੈਗਾ। ਔਰ ਦੱਸ ਦਈਏ ਕਿ ਤਕਰੀਬਨ 2 ਸਾਲ ਪਹਿਲੇ ਡਿਸ਼ਮ ਪਿਕਚਰ ਦੇ ਵਿੱਚ ਜੈਕਲਿਨ ਫਰਨਾਂਡਿਸ ਵੱਲੋਂ ਵੀ ਇਸੇ ਤਰੀਕੇ ਦੀ ਹਰਕਤ ਕੀਤੀ ਗਈ ਸੀ ਔਰ ਇਸੇ ਤਰੀਕੇ ਗਾਤਰਾ ਕਿਰਪਾਨ ਦੇ ਨਾਲ ਪਾ ਕੇ ਇਹ ਗਾਣੇ 'ਤੇ ਸ਼ੂਟ ਕੀਤਾ ਗਿਆ ਸੀ, ਪਰ ਬਾਅਦ 'ਚੋਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੰਪਲੇਂਟ ਔਰ ਲੀਗਲ ਐਕਸ਼ਨ ਲੈਣ ਤੋਂ ਬਾਅਦ ਉਸ ਗਾਣੇ ਨੂੰ ਡਿਲੀਟ ਕਰਕੇ ਉਸ ਸੀਨ ਨੂੰ ਡਿਲੀਟ ਕਰਕੇ ਦੁਬਾਰਾ ਫਿਲਮਾਇਆ ਗਿਆ ਸੀ। ਔਰ ਫਿਰ ਇਸ ਮੁੱਦੇ 'ਤੇ ਵੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਦੀ ਲੀਗਲ ਐਕਸ਼ਨ ਲੈਂਦੇ ਹੋਏ ਉਹਦੀ ਕੰਪਲੇਂਟ ਜਿਹੜੀ ਹੈਗੀ ਆ ਦਿੱਲੀ ਦੇ ਥਾਣੇ ਦੇ ਵਿੱਚ ਦਰਜ ਵੀ ਕਰਾਈ ਹੈਗੀ। ਔਰ ਉਸ ਤੋਂ ਇਲਾਵਾ ਸ਼੍ਰੀ ਗੁਰੂ ਸਿੰਘ ਸਭਾ ਬੋਂਬੇ ਵੱਲੋਂ ਵੀ, ਜਿਹਦੇ ਵਿੱਚ ਸਰਦਾਰ ਪ੍ਰਧਾਨ ਰਘਵੀਰ ਸਿੰਘ ਗਿੱਲ ਅਤੇ ਵਾਈਸ ਪ੍ਰੈਜੀਡੈਂਟ ਕੁਲਵੰਤ ਸਿੰਘ ਜੀ ਵੱਲੋਂ ਔਰ ਸਾਰੀ ਉਹਨਾਂ ਦੀ ਟੀਮ ਵੱਲੋਂ, ਮਨਮੋਹਨ ਸਿੰਘ, ਹਰਪ੍ਰੀਤ ਸਿੰਘ ਹਰਾ ਵੱਲੋਂ ਸਾਰੇ ਵੱਲੋਂ ਇਹਦਾ ਵਿਰੋਧ ਕਰਦੇ ਹੋਏ ਇਹਦੇ ਉੱਪਰ ਵੀ ਇੱਕ ਲੀਗਲ ਜਿਹੜਾ ਲੈਟਰ ਹੈਗਾ ਉਹ ਸੈਂਸਰ ਬੋਰਡ ਨੂੰ ਵੀ ਭੇਜਿਆ ਗਿਆ ਹੈਗਾ। ਸਾਧੂ ਸੰਗਤ ਜੀ, ਇਸ ਖਬਰ ਦੇ ਨਾਲ ਵੀ ਤੁਹਾਨੂੰ ਜੋੜਦੇ ਹਾਂ ਹੋਰ ਜਿਹੜੇ ਕੁਝ ਬਾਲੀਵੁੱਡ ਐਕਸਪਰਟਸ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਜੀ। ਜੀ ਸੰਗਤ ਜੀ, ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਕੁਲਵੰਤ ਸਿੰਘ ਜੀ ਬੋਂਬੇ ਤੋਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਜੋ ਵਾਈਸ ਪ੍ਰੈਜੀਡੈਂਟ ਨੇ, ਔਰ ਉਹਨਾਂ ਦੇ ਨਾਲ ਅਸੀਂ ਜੁੜਦੇ ਹਾਂ ਕਿਉਂਕਿ ਬਾਲੀਵੁੱਡ ਜਗਤ ਹੈਗਾ ਔਰ ਬੋਂਬੇ ਦਾ ਉਹ ਜਗਤ ਹੈਗਾ ਤੇ ਉਸਦਰ ਦੇ ਹੀ ਜੀ ਸਿੰਘ ਸਭਾਵਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਰਦਾਰ ਕੁਲਵੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਅਕਾਲ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਆਪ ਜੀ ਨੂੰ ਜੋ ਜਾਣਕਾਰੀ ਹੋਏਗੀ ਕਿ ਜੋ ਸ਼ਾਹਰੁਖ ਖਾਨ ਵੱਲੋਂ ਇੱਕ ਜੋ ਕਿ ਕਿਰਪਾਨ ਹੋਰ ਗਾਤਰੇ ਸਮੇਤ ਪਾ ਕੇ ਇੱਕ ਪੋਸਟਰ ਉਹਨਾਂ ਦੀ ਨਵੀਂ ਪਿਕਚਰ ਦਾ ਜੋ ਰਿਲੀਜ਼ ਹੋਇਆ ਤੇ ਇਸ ਦੇ ਬਾਰੇ ਸਿੱਖ ਜਗਤ ਦੇ ਵਿੱਚ ਇਸ ਚੀਜ਼ ਦਾ ਰੋਸ਼ ਵੀ ਹੈ ਕਿਉਂਕਿ ਲਗਾਤਾਰ ਬਾਲੀਵੁੱਡ ਵੱਲੋਂ ਇਸ ਤਰੀਕੇ ਦੀ ਛੇੜਖਾਨੀਆਂ ਕਕਾਰਾਂ ਦੇ ਨਾਲ ਕੀਤੀ ਜਾਂਦੀ ਹੈਗੀ ਹੈ। 1.5-2 ਸਾਲ ਪਹਿਲੇ ਵੀ ਜੈਕਲਿਨ ਫਰਨਾਂਡਿਸ ਵੱਲੋਂ ਇਹ ਕੰਮ ਕੀਤਾ ਗਿਆ ਸੀ ਡਿਸ਼ਮ ਪਿਕਚਰ ਦੇ ਵਿੱਚ, ਤੁਸੀਂ ਇਸ ਦੇ ਉੱਪਰ ਕੀ ਆਪਣੀ ਰਾਏ ਦਿੰਦੇ ਹੋ ਜੀ? ਪਿੱਛੇ ਵੀ ਇਹ ਪ੍ਰੋਬਲਮ ਆਇਆ ਸੀ ਕਿ ਜਦ ਇਸੇ ਫਿਲਮ ਦਾ ਜੋ ਆਨੰਦ ਐਲ ਰਾਏ ਕਰਕੇ ਜੋ ਹੈ ਕੋ ਪ੍ਰੋਡਿਊਸਰ ਹੈ, ਉਹਨੇ ਮਨ ਮਰਜ਼ੀਆਂ ਫਿਲਮ ਦਾ ਵੀ ਇਹੀ ਕੋ ਪ੍ਰੋਡਿਊਸਰ ਸੀ ਤੇ ਮਨ ਮਰਜ਼ੀਆਂ ਫਿਲਮ ਦੇ ਵਿੱਚ ਜੋ ਉਹ ਚੀਜ਼ ਦਿਖਾਈ ਗਈ ਸੀ ਉਹਦਾ ਵੀ ਸਿੰਘ ਸਭਾ ਨੇ ਜੋ ਹੈ ਓਬਜੈਕਸ਼ਨ ਲਿਆ ਸੀ ਤੇ ਜਦ ਉਸ ਵਕਤ ਜੋ ਹੈ ਅਸੀਂ ਦੇਖੀ ਕਾਫੀ ਸਿੱਖ ਸੰਸਥਾਵਾਂ ਜਿਹੜੀਆਂ ਜੋ ਹੈ ਸਿਨੇਮਾ ਘਰਾਂ ਦੇ ਬਾਹਰ ਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਵੀ ਕਰ ਰਹੀਆਂ ਸਨ, ਲੇਕਿਨ ਰਾਈਟ ਅਪਰੋਚ ਜੋ ਇਹ ਸੀ ਕਿ ਅਸੀਂ ਸੈਂਸਰ ਬੋਰਡ ਨੂੰ ਜੋ ਹੈ ਕੰਟੈਕਟ ਕਰਦੇ, ਉਹ ਜਦ ਸਿੰਘ ਸਭਾ ਦੀ ਟੀਮ ਸੈਂਸਰ ਬੋਰਡ ਨੂੰ ਮਿਲੀ ਤਾਂ ਉਹਨਾਂ ਦੇ ਜੋ ਆਫੀਸ਼ੀਅਲ ਸੀ ਉਹਨਾਂ ਦਾ ਇੱਕੋ ਸੀ ਕਿ ਤੁਸੀਂ ਸਾਡੇ ਕੋਈ ਆਇਆ ਨਹੀਂ ਹੈ, ਦੈਟਸ ਰਾਈਟ ਅਪਰੋਚ ਐਕਚੁਲੀ। ਉਹ ਤੋਂ ਬਾਅਦ ਜਦ ਮਿਲੀ ਤੇ ਉਸ ਤੋਂ ਸੇਮ ਡੇ ਜਾਂ ਵੈਰੀ ਨੈਕਸਟ ਡੇ ਮਾਰਨਿੰਗ ਉਹਨਾਂ ਨੇ ਉਹ ਸੀਨ ਕੱਟ ਕਰ ਦਿੱਤੇ ਸਨ। ਤੇ ਹੁਣ ਵੀ ਇਸੇ ਚੀਜ਼ ਦੇ ਇਸ ਫਿਲਮ ਦੇ ਬਾਰੇ ਵੀ ਜੋ ਹੈ ਜਿਹੜੀ ਜ਼ੀਰੋ ਫਿਲਮ ਹੈ ਸ਼ਾਹਰੁਖ ਖਾਨ ਦੀ ਤੇ ਉਹਦੇ ਵਿੱਚ ਹੀ ਸਿੰਘ ਸਭਾ ਨੇ ਸੈਂਸਰ ਬੋਰਡ ਨੂੰ ਲੈਟਰ ਲਿਖਿਆ ਜੇ ਅਸੀਂ ਅੱਜ ਹੀ ਸ਼ਾਮ ਨੂੰ ਮੇਲ ਕੀਤਾ ਹੈ ਕਿਉਂਕਿ ਇਹ ਲੇਟ ਹੋ ਗਏ ਸਨ ਤੇ ਪਰਸੋਂ ਜੋ ਹੈ ਜਦ ਸੈਂਸਰ ਬੋਰਡ ਖੁੱਲੇਗਾ ਆਈਦਰ ਸੈਟਰਡੇ ਔਰ ਮੰਡੇ ਅਸੀਂ ਉਹਨਾਂ ਨੂੰ ਹਾਰਡ ਕਾਪੀ ਸਬਮਿਟ ਕਰ ਦਿਆਂਗੇ ਤੇ ਇਸ ਦਾ ਫਾਲੋਅਪ ਜੋ ਹੈ ਵਾਪਸ ਸਿੰਘ ਸਭਾ ਦੀ ਟੀਮ ਉਹਨਾਂ ਨੂੰ ਮਿਲੇਗੀ ਵੀ ਇਸ ਬਾਰੇ ਤਾਂ ਕਿ ਜੋ ਹੈ ਇਸ ਬਾਰੇ ਡਿਸਕਸ ਕਰ ਸਕੀਏ ਕਿਉਂਕਿ ਅਸੀਂ ਸਿੰਘ ਸਭਾ ਦੀ ਟੀਮ ਨੇ ਪਹਿਲੇ ਵੀ ਅਸੀਂ ਇਹਨਾਂ ਨੂੰ ਕੰਟੈਕਟ ਕੀਤਾ ਹੈ ਕਿ ਕੋਈ ਨਾ ਕੋਈ ਸਿੱਖ ਰਿਪ੍ਰੈਜੈਂਟੇਟਿਵ ਜੋ ਹੈ ਕਿਸੇ ਵੀ ਸੰਸਥਾ ਦਾ ਹੋਏ ਚਾਹੇ ਐਸ ਜੀ ਪੀ ਸੀ ਦਾ ਹੋਏ ਡੀ ਐਸ ਜੀ ਪੀ ਸੀ ਦਾ ਹੋਏ ਜਾਂ ਬੋਂਬੇ ਤੋਂ ਜੇਕਰ ਉਹ ਚੰਗਾ ਸਮਝਦੇ ਤੇ ਬੋਂਬੇ ਤੋਂ ਸਿੰਘ ਸਭਾ ਜਿਹੜੀ ਇਹ ਸਰਵਿਸਿਸ ਦੇ ਸਕਦੀ ਹੈ ਘੱਟ ਤੋਂ ਘੱਟ ਇੱਕ ਰਿਪ੍ਰੈਜੈਂਟੇਟਿਵ ਜੋ ਹੈ ਸਿੱਖਾਂ ਦਾ ਇਸ ਸੈਂਸਰ ਬੋਰਡ ਦੇ ਵਿੱਚ ਹੋਏ ਜਾਂ ਉਹਨਾਂ ਨੂੰ ਪ੍ਰੋਪਰ ਗਾਈਡ ਕਰੇ ਤਾਂ ਕਿ ਜੋ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਫਿਲਮ ਪ੍ਰੋਡਿਊਸਰ ਪਤਾ ਨਹੀਂ ਜਾਣ ਬੁੱਝ ਕੇ ਅਜਿਹੀਆਂ ਹਰਕਤਾਂ ਕਰਦੇ ਨੇ ਜਾਂ ਜੋ ਹੈ ਅਣਜਾਣੇ 'ਚ ਹੋ ਜਾਂਦੀਆਂ ਨੇ ਉਹ ਇਹ ਜਿਹੀਆਂ ਚੀਜ਼ਾਂ ਤੋਂ ਰੋਕ ਪਾਈ ਜਾ ਸਕੇ। ਕਾਰਨ ਕੀ ਹੈ ਕਿ ਪਿੱਛੇ ਵੀ ਕਈ ਵਾਰ ਜੋ ਹੈ ਇਹਦੀਆਂ ਚੀਜ਼ਾਂ ਹੋ ਚੁੱਕੀਆਂ ਨੇ ਜਿਹਦਾ ਸਿੱਖ ਸੈਂਟੀਮੈਂਟਸ ਕਾਫੀ ਹਰਟ ਹੋਏ ਨੇ ਔਰ ਉਹ ਦੇ ਨੋ ਵੈਰੀ ਵੈਲ ਕਿ ਇਹ ਜਿਹੜੀਆਂ ਚੀਜ਼ਾਂ ਨੇ ਜੇ ਸਿੱਖੀ ਸਿਧਾਂਤ ਦੇ ਨਾਲ ਖਿਲਵਾੜ ਕਰਦੀਆਂ ਨੇ ਤੇ ਇਹਦੇ ਲਈ ਜੋ ਹੈ ਪਤਾ ਨਹੀਂ ਜ਼ਿਆਦਾ ਲੱਗਦਾ ਕਿ ਇਹ ਕੋਈ ਸ਼ਰਾਰਤਪੂਰਨ ਜੋ ਹੈ ਉਹਨਾਂ ਦੀ ਹਰਕਤ ਹੀ ਹੁੰਦੀ ਹੈ
ਕਿ ਸਿੱਖ ਮਾਸੇ ਨੂੰ ਛੇੜਿਆ ਜਾਏ ਇਸ ਬਾਰੇ ਤੇ ਇਸ ਬਾਰੇ ਜੋ ਹੈ ਅਸੀਂ ਪ੍ਰੋਡਿਊਸਰ ਦਾ ਵੀ ਕਹਿੰਦੇ ਕਿ ਮਾਫ਼ੀ ਵੀ ਮੰਗੇ ਤੇ ਸੈਂਸਰ ਬੋਰਡ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹ ਜੋ ਹੈ ਸੀਨ ਕੱਟ ਕੀਤਾ ਜਾਏ ਕਿਉਂਕਿ ਅਸੀਂ ਕੋਈ ਜ਼ਰੂਰਤ ਨਹੀਂ ਹੈ ਬਿਨਾਂ ਜ਼ਰੂਰਤ ਤੋਂ ਹੋ ਜਾਏ ਉਹ ਸੀਨ ਲੱਗਦਾ ਹੈ ਕਿ ਪਾਇਆ ਗਿਆ ਹੈ ਅੱਜ ਤੱਕ ਜਿਹੜੇ ਫਿਲਮ ਦੇ ਜਿਹੜੇ ਪ੍ਰੋਮੋਸ ਆਏ ਨੇ ਉਹਨਾਂ ਦੇ ਵੀ ਇਹ ਚੀਜ਼ ਦਿਖ ਰਹੀ ਹੈ ਤੇ ਅੱਜ ਹੀ ਸਵੇਰੇ ਸਾਨੂੰ ਪਤਾ ਮੈਂ ਅੱਜ ਪ੍ਰੋਮੋ ਖੁਦ ਤੇ ਨਹੀਂ ਦੇਖਿਆ ਲੇਕਿਨ ਸਵੇਰੇ ਜਦ ਪਤਾ ਲੱਗਿਆ ਤੇ ਅਸੀਂ ਫਿਰ ਲੈ ਕੇ ਤਿਆਰ ਕਰਕੇ ਤੇ ਸੈਂਸਰ ਬੋਰਡ ਨੂੰ ਜੋ ਹੈ ਅਸੀਂ ਈਮੇਲ ਕਰਤਾ ਸੀ ਹੁਣ ਅਸੀਂ ਵਿਲ ਫਾਲੋ ਦੈਟ ਤਾਂ ਕਿ ਜੋ ਹੈ ਇਹ ਘੱਟ ਵੱਡੇ ਸੀਨ ਉਹਦੇ ਫਿਲਮ ਦੇ ਵਿੱਚੋਂ ਨਿਕਲ ਜਾਏ ਕੁਲਵੰਤ ਸਿੰਘ ਜੀ ਤੁਹਾਨੂੰ ਨਹੀਂ ਲੱਗਦਾ ਕਿ ਲਗਾਤਾਰ ਜਿਹੜੀ ਹੈਗੀ ਹੈ ਬਾਲੀਵੁੱਡ ਦੇ ਵਿੱਚ ਖਰਕਤਾ ਕੀਤੀ ਜਾਂਦੀ ਹੈ ਤੇ ਉਹ ਕੰਟਰੋਵਰਸੀ ਕ੍ਰੀਏਟ ਕਰਨ ਵਾਸਤੇ ਜਾਂ ਸਸਤੀ ਲੋਕਪ੍ਰਿਯਤਾ ਜਾਂ ਪਬਲਿਸਿਟੀ ਸਟੰਟ ਕਰਨ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਿੱਖ ਕੌਮ ਦੇ ਜਿਹੜੇ ਹਿਰਦੇ ਹੈਗੇ ਆ ਬੜੀ ਛੇਤੀ ਸਿੱਖ ਕੌਮ ਕਿਸੇ ਮੁੱਦੇ ਨੂੰ ਲੈ ਕੇ ਉਹਨਾਂ ਦੇ ਦਿਲ ਵਰੁੰਦਲੇ ਜਾਂਦੇ ਤੇ ਉਹ ਆਪਣੀ ਆਵਾਜ਼ ਜ਼ਰੂਰ ਚੁੱਕਦੀ ਹੈਗੀ ਆ ਆਪਣੀ ਆਵਾਜ਼ ਦੇ ਵਿੱਚ ਵਿਰੋਧ ਜ਼ਰੂਰ ਜਤਾਉਂਦੀ ਹੈ ਤੇ ਇਸ ਤੋਂ ਉਹਨਾਂ ਨੂੰ ਉਸ ਪਿਕਚਰ ਦੀ ਪ੍ਰਮੋਸ਼ਨ ਮਿਲ ਸਕਦੀ ਹੈ ਕਿਤੇ ਇਸ ਏਜੰਡੇ ਕਰਕੇ ਤੇ ਪਿੱਛੇ ਤੇ ਨਹੀਂ ਬਾਲੀਵੁੱਡ ਆਇਆ ਕਰਕੇ ਸਿੱਖਾਂ ਦੇ ਨਾਲ ਛੇੜਖਾਨੀ ਕਰਦਾ ਜ਼ਿਆਦਾਤਰ ਤਾਂ ਇਹੀ ਲੱਗਦਾ ਕਿਉਂਕਿ ਜੋ ਪਿੱਛੇ ਵੀ ਕਈ ਵਾਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਪਹਿਲੇ ਵੀ ਕਈ ਵਾਰ ਇਹ ਜਿਹੀਆਂ ਘਟਨਾ ਹੋ ਚੁੱਕੀਆਂ ਨੇ ਤੇ ਜਦ ਇੱਕ ਵੀ ਛੋਟੀ ਵੀ ਗੱਲ ਹੁੰਦੀ ਹੈ ਤੇ ਫਿਲਮ ਇੰਡਸਟਰੀ ਦੇ ਵਿੱਚ ਪੂਰੀ ਇਹ ਗੱਲ ਫੈਲ ਜਾਂਦੀ ਹੈ ਤੇ ਇਹ ਤੇ ਲੱਗਦਾ ਹੀ ਹੈ ਕਿ ਜਾਣ ਬੁੱਝ ਕੇ ਹੀ ਇਹ ਕੋਈ ਹਰਕਤ ਹੁੰਦੀ ਹੈ ਆਪਣੀ ਪਬਲਿਸਿਟੀ ਨੂੰ ਗੇਨ ਕਰਨ ਲਈ ਕਿਉਂਕਿ ਸਿੱਖ ਜੋ ਹੈ ਉਹਨਾਂ ਨੂੰ ਪਤਾ ਕਿ ਵੈਰੀ ਮੱਚ sensitive about their this thing identity jada sada eh vesh pucha case ho gaye kakar ho gaye ya jo hai six jaise siddhan ne khas kar inna bare bade sensitive hunde te isse karke jo hai eh lagda jaan bujh ke shararat hundi hai taaki jo hai eh unhon nu sasti publicity mil sake is bare ਠੀਕ ਹੈ ਕੁਲਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਤੁਸੀਂ ਕੀ ਇੱਕ ਕੋਈ ਮੈਸੇਜ ਜਾਂ ਕੋਈ ਸੁਨੇਹਾ ਦੇਣਾ ਚਾਹੋਗੇ ਨਹੀਂ ਗੱਲ ਇਹ ਕਿ ਆਪਾਂ ਵੱਖ ਵੱਖ ਲੀਗਲ ਵੇ ਨੂੰ ਤੇ ਪਹਿਲੇ ਐਕਸਪਲੋਰ ਕਰੀਏ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਚੀਜ਼ਾਂ ਦੇ ਠੱਲ ਪਾ ਸਕਦੇ ਹਾਂ ਪਹਿਲੇ ਸਰਕਾਰ ਤੋਂ ਅਸੀਂ ਪਹਿਲੇ ਵੀ ਕਾਫੀ ਸਮੇਂ ਤੋਂ ਡਿਮਾਂਡ ਕਰੇ ਕਿ ਕੋਈ ਨਾ ਕੋਈ ਬੰਦਾ ਸੈਂਸਰ ਬੋਰਡ ਵਿੱਚ ਹੋਏ ਤੇ ਮਿਨਿਸਟਰੀ ਆਫ ਬ੍ਰੋਡਕਾਸਟਿੰਗ ਨੂੰ ਵੀ ਅਸੀਂ ਲਿਖ ਚੁੱਕੇ ਹਾਂ ਕਿ ਸੈਂਸਰ ਬੋਰਡ ਵਿੱਚ ਕੋਈ ਬੰਦਾ ਤੁਸੀਂ ਪਾਓ ਲੇਕਿਨ ਜੋ ਹੈ ਉਹ ਮੇਰੇ ਖਿਆਲ ਨਾਲ ਕਿਤੇ ਇਹ ਗੱਲ ਸੁਣੀ ਨਹੀਂ ਜਾ ਰਹੀ ਜਾਂ ਤੇ ਸਾਡੀ ਕੋਈ ਸਿੱਖ ਲੀਡਰਸ਼ਿਪ ਜਿਹੜੀ ਅੱਜ ਉਸ ਦੇ ਉੱਤੇ ਹੈ ਆਪਣੇ ਸ਼੍ਰੋਮਣੀ ਕਮੇਟੀ ਲੈਵਲ 'ਤੇ ਹੈ ਜਾਂ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਜਿਹੜੀ ਭਾਈਵਾਲ ਜੋ ਹੈ ਅੱਜ ਹੀ ਕੇਂਦਰ ਸਰਕਾਰ ਹੈ ਉਹਦੇ ਵਿੱਚ ਜੇਕਰ ਪ੍ਰੈਸ਼ਰ ਪਾ ਕੇ ਇਹ ਜਿਹਾ ਕੰਮ ਕਰ ਸਕਣ ਤਾਂ ਬਹੁਤ ਵਧੀਆ ਗੱਲ ਹੈ ਇਹ ਜੋ ਹੈ ਸਿੱਖ ਮਾਸਿਸ ਨੂੰ ਤੇ ਇਹ ਹੈ ਕਿ ਅਸੀਂ ਲੀਗਲ ਵੇ ਦੇ ਨਾਲ ਜਿੰਨਾ ਕੁਝ ਕਰ ਸਕਦੇ ਹਾਂ ਸਾਨੂੰ ਜ਼ਰੂਰ ਠੀਕ ਹੈ ਸਰਦਾਰ ਕੁਲਵੰਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਅਕਾਲ ਚੈਨਲ ਦਰਸ਼ਕਾਂ ਦੇ ਰਾਹੀਂ ਤੁਸੀਂ ਆਪਣੀ ਜੋ ਗੱਲ ਹੈਗੀ ਉਹ ਸਾਂਝੀ ਕੀਤੀ ਔਰ ਬੰਬੇ ਦੇ ਵਿੱਚ ਰਹਿ ਕੇ ਤੁਸੀਂ ਉੱਥੇ ਸੇਵਾ ਨਿਭਾ ਰਹੇ ਹੋ ਸੋ ਈਜ਼ੀਲੀ ਅਪਰੋਚੇਬਲ ਹੋ ਜਾਂਦਾ ਕਿਉਂਕਿ ਉਸੇ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੰਗਤ ਜੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਐਮ ਐਲ ਏ ਦਿੱਲੀ ਅਤੇ ਜਨਰਲ ਸੈਕਟਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਰਸਾ ਸਾਹਿਬ ਤਕਰੀਬਨ 1.5-2 ਸਾਲ ਪਹਿਲੇ ਤੁਸੀਂ ਇੱਕ ਮੁੱਦਾ ਚੁੱਕਿਆ ਸੀਗਾ ਆਪ ਜੀ ਦੀ ਇੰਟਰਵਿਊ ਖਾਸ ਕੀਤੀ ਸੀਗੀ ਕਿ ਇੱਕ ਪਿਕਚਰ ਦੇ ਵਿੱਚ ਜੈਕਲੀਨ ਫਰਨਾਂਡਿਸ ਇੱਕ ਡਿਸ਼ਮ ਪਿਕਚਰ ਦੇ ਵਿੱਚ ਇਸ ਹੀਰੋਇਨ ਦੁਆਰਾ ਜੋ ਹੈ ਕਿਰਪਾਨ ਜੋ ਹੈਗੀ ਹੈ ਉਹ ਪਾਈ ਗਈ ਸੀਗੀ ਔਰ ਉਹ ਮੁੱਦਾ ਚੁੱਕਿਆ ਸੀਗਾ ਉਹਨਾਂ ਨੂੰ ਮਾਫ਼ੀ ਵੀ ਆਈ ਸੀ ਪਰ ਅੱਜ ਫਿਰ 1.5 ਸਾਲ ਬਾਅਦ ਸ਼ਾਹਰੁਖ ਖਾਨ ਵੱਲੋਂ ਆਪਣੀ ਨਵੀਂ ਪਿਕਚਰ ਨੂੰ ਲੈ ਕੇ ਇਹ ਹਰਕਤ ਦੁਹਰਾਈ ਗਈ ਹੈਗੀ ਆ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਉਹਦੇ ਚ ਪਹਿਲਾਂ ਤੇ 2016 ਜਿਹੜਾ ਸੀਗਾ ਜੈਕਲਿਨ ਫਰਨਾਂਡਿਸ ਦਾ ਇਸ਼ੂ ਜਿਹੜਾ ਸੀਗਾ ਅਸੀਂ ਉਸ ਵੇਲੇ ਵੀ ਮਿਨਿਸਟਰੀ ਨੂੰ ਵੀ ਲਿਖਿਆ ਸੀ ਕਿ ਜਿਹੜਾ ਬੋਰਡ ਆ ਸੈਂਸਰ ਬੋਰਡ ਇਹਦੇ ਅੰਦਰ ਹਰ ਰਿਲੀਜਨ ਤੋਂ ਇੱਕ ਮੈਂਬਰ ਹੋਣਾ ਚਾਹੀਦਾ ਤਾਂ ਕਿ ਜਿਹੜੇ ਰਿਲੀਜਨ ਸੈਂਟੀਮੈਂਟਸ ਨੇ ਉਹਨਾਂ ਨੂੰ ਮੇਨਟੇਨ ਕੀਤਾ ਜਾ ਸਕੇ ਉਹਦੇ ਅੰਦਰ ਕਿਸੇ ਤਰੀਕੇ ਦੀ ਵਾਇਲੇਸ਼ਨ ਨਾ ਹੋਵੇ ਔਰ ਫਿਰ ਕੋਈ ਧਰਮ ਦੇ ਲੋਕ ਆਹਤ ਨਾ ਹੋਣ ਤਾਂ ਉਸ ਵੇਲੇ ਜੈਕਲਿਨ ਫਰਨਾਂਡਿਸ ਦੀ ਜਿਹੜੀ ਉਹਨੇ ਸ੍ਰੀ ਸਾਹਿਬ ਪ੍ਰੋਪਰ ਸ੍ਰੀ ਸਾਹਿਬ ਹੀ ਸੀ ਉਹਦੇ ਕੋਲ ਔਰ ਉਸਨੇ ਉਹਦੇ ਨਾਲ ਸ਼ੂਟਿੰਗ ਕੀਤੀ ਫਿਰ ਉਸਨੂੰ ਵਿਦਡਰਾ ਕਰਨਾ ਪਿਆ ਉਹਨੇ ਮਾਫ਼ੀ ਵੀ ਮੰਗੀ ਸੀ ਔਰ ਉਸ ਤੋਂ ਬਾਅਦ ਉਹਨੇ ਉਹ ਆਪਣਾ ਸੀਨ ਨੂੰ ਵੀ ਦੁਬਾਰਾ ਤੋਂ ਸ਼ੂਟ ਕੀਤਾ ਸੀ ਹਾਂਜੀ ਹਾਂਜੀ ਹੁਣ ਤਕਰੀਬਨ 1.5-2 ਸਾਲ ਬਾਅਦ ਦੁਬਾਰਾ ਉਹੀ ਸਿਚੁਏਸ਼ਨ ਫਿਰ ਅਰਾਈਜ਼ ਹੋਈ ਕੱਲ ਮੈਂ ਜਿਹੜਾ ਉਹਨਾਂ ਦੇ ਖਿਲਾਫ਼ ਕੰਪਲੇਂਟ ਵੀ ਕੀਤੀ ਸੀਗੀ ਔਰ ਮੁਕਦਮਾ ਦਰਜ ਕਰਾਉਣ ਵਾਸਤੇ ਵੀ ਦਿੱਤਾ ਸੀ ਔਰ ਉਹਨਾਂ ਨੂੰ ਨੋਟਿਸ ਵੀ ਭੇਜਿਆ ਸੀ ਕੱਲ ਉਹਨਾਂ ਨੇ ਇਹਦਾ ਸਪਸ਼ਟੀਕਰਨ ਦਿੱਤਾ ਕਿ ਜੋ ਇਹ ਫੋਟੋ ਅੰਦਰ ਆ ਇਹ ਇੱਕ ਡੈਗਰ ਆ
ਇੱਕ ਹਿੰਦੀ ਦਾ ਵਰਡ ਮੈਨੂੰ ਪ੍ਰੋਪਰ ਯਾਦ ਨਹੀਂ ਆ ਰਿਹਾ ਕਿ ਲਿਖਿਆ ਕਟਾਰ ਉਹਨਾਂ ਨੇ ਪਿਛਲੀ ਕਟਾਰ ਆ ਔਰ ਕਿਸੇ ਵੀ ਤਰੀਕੇ ਦਾ ਇਹ ਜਿਹੜੀ ਰਿਜੈਂਬਲ ਨਹੀਂ ਕਰਦੇ ਨਾ ਡਿਪਿਕਟ ਕਰਦੇ ਆ ਸ਼੍ਰੀ ਸਾਹਿਬ ਨੂੰ ਨਾ ਹੀ ਕੋਈ ਸਾਡਾ ਐਸਾ ਸੀਨ ਆ ਜਿਹੜਾ ਕੋਈ ਰਿਲੀਜਨ ਤੋਂ ਰਿਲੇਟਡ ਹੋਵੇ ਉਹਦੇ ਤੋਂ ਹੋਵੇ ਪਰ ਜਿਸ ਤਰੀਕੇ ਉਹ ਗਾਤਰੇ ਦੇ ਨਾਲ ਉਹ ਦਿਖਾਇਆ ਗਿਆ ਉਹਨੂੰ ਤੇ ਜਿਸ ਕਰਕੇ ਪ੍ਰੋਪਰ ਇੱਕ ਕਿਰਪਾਨ ਦੀ ਹੀ ਫਾਰਮ ਲੱਗਦੀ ਹੈਗੀ ਉਹਦੀ ਹਾਂ ਉਹਨਾਂ ਨੂੰ ਕਲੈਰੀਫਾਈ ਕੀਤਾ ਅੱਜ ਉਹਨਾਂ ਨੇ ਪਹਿਲਾਂ ਕੱਲ ਵੀ ਟਵੀਟ ਕਰ ਕੀਤਾ ਸੀ ਪਰ ਮੈਂ ਉਹਨਾਂ ਨੂੰ ਕੱਲ ਜਵਾਬ ਦਿੱਤਾ ਸੀ ਕਿ ਤੁਸੀਂ ਪਬਲਿਕ ਦੇ ਅੰਦਰ ਆਪਣੀ ਗੱਲ ਜਿਹੜੀ ਕਹਿਣਾ ਚਾਹੁੰਦੇ ਜੀ ਉਹ ਮੀਡੀਆ ਦੇ ਰਾਹੀਂ ਪਬਲਿਕ ਚ ਹੋ ਅੱਜ ਉਹ ਕੰਪਨੀ ਨੇ ਦੁਆਰਾ ਪ੍ਰੈਸ ਨੋਟ ਦੇ ਰਾਹੀਂ ਪਬਲਿਕ ਚ ਸਾਰੀ ਦੱਸਿਆ ਕਿ ਇਹ ਜਿਹੜਾ ਉਹਨੂੰ ਡਿਪਿਕਟ ਨਹੀਂ ਕਰਦੀ ਔਰ ਜਿਹੜਾ ਸ੍ਰੀ ਸਾਹਿਬ ਉਹ ਇੱਕ ਸਿੱਖਾਂ ਦਾ ਜਿਹੜਾ ਬੜਾ ਹੀ ਪਾਇਸ ਔਰ ਇੱਕ ਬੜਾ ਸਤਿਕਾਰਿਤ ਜਿਹੜਾ ਉਹਨਾਂ ਦੇ ਕਕਾਰ ਸਿੰਬਲ ਆ ਇਹਦੇ ਨਾਲ ਕਿਤੇ ਵੀ ਮੈਚ ਨਹੀਂ ਕਰਦੀ ਔਰ ਸਾਡਾ ਜਿਹੜਾ ਇਹ ਇੱਕ ਡੈਗਰ ਆ ਇੱਕ ਕਟਾਰ ਆ ਜਿਸ ਨੂੰ ਉੱਥੇ ਅਸੀਂ ਕਟਾਰ ਦੇ ਰੂਪ ਚ ਯੂਜ ਕੀਤਾ ਹੈ ਔਰ ਉਸ ਮੂਵੀ ਦੇ ਅੰਦਰ ਕੋਈ ਐਸਾ ਸੀਨ ਵੀ ਨਹੀਂ ਜਿਹੜਾ ਸਿੱਖ ਰਿਲੀਜਨ ਤੋਂ ਜਾਂ ਕਿਸੇ ਵੀ ਰਿਲੀਜੀਅਸ ਐਂਗਲ ਤੋਂ ਉਹਦਾ ਕੋਈ ਇਹਦੇ ਨਾਲ ਵਾਸਤਾ ਹੋਵੇ ਪਰ ਇਸ਼ੂ ਇਸ ਤੋਂ ਵੱਡਾ ਹੈ ਅੱਜ ਇੱਕ ਨੇ ਮਾਫ਼ੀ ਮੰਗ ਲਈ ਉਹਨੇ ਮੰਨ ਲਿਆ ਕਿ ਨਹੀਂ ਲੇਕਿਨ ਬਜਾਏ ਇਹਦੇ ਕਿ ਸਿਚੁਏਸ਼ਨ ਪਰਮਾਨੈਂਟਲੀ ਨਾ ਰਾਈਜ਼ ਹੋਵੇ ਇਹ ਵੀ ਬਹੁਤ ਜ਼ਰੂਰੀ ਹੈ ਜਿਹੜੀ ਐਨਡੀਏ ਦੀ ਸਰਕਾਰ ਹੈ ਇਹਨਾਂ ਦਾ ਬੋਰਡ ਕੰਸਟੀਟਿਊਟ ਕਰਦੀ ਮਿਨਿਸਟਰ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਉਹ ਬੋਰਡ ਦੇ ਅੰਦਰ ਇੱਕ ਮੈਂਬਰ ਜਿਹੜਾ ਉਹ ਹਰ ਰੀਜਨ ਤੋਂ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਪਰਮਾਨੈਂਟਲੀ ਇਹਨਾਂ ਛੋਟੀ ਛੋਟੀਆਂ ਚੀਜ਼ਾਂ ਦੀ ਜਿਹੜੀ ਪ੍ਰੋਬਲਮ ਚੀਜ਼ਾਂ ਛੋਟੀਆਂ ਹੁੰਦੀਆਂ ਨੇ ਲੇਕਿਨ ਜਦੋਂ ਰਿਲੀਜਨ ਨਾਲ ਜੁੜ ਜਾਂਦੀਆਂ ਨੇ ਤੇ ਉਹਦੀ ਕੰਟਰੋਵਰਸੀ ਬੜੀ ਜਾਇਜ਼ ਹੁੰਦੀ ਔਰ ਉਹਦੀ ਯੂਐਨ ਕਰਾਈ ਉਹਦੇ ਅੰਦਰ ਜਿਹੜੀ ਲੋਕਾਂ ਨੇ ਮਨ ਆਹਤ ਹੁੰਦੇ ਨੇ ਉਹ ਬਹੁਤ ਵੱਡੇ ਪੱਧਰ ਤੇ ਹੁੰਦੇ ਨੇ ਸਰ ਤੁਹਾਨੂੰ ਨਹੀਂ ਲੱਗਦਾ ਕਿ ਬਾਰ ਬਾਰ ਕਿਉਂਕਿ ਪਤਾ ਕਿ ਸਿੱਖ ਧਰਮ ਜਿਹੜਾ ਹੈਗਾ ਐਸਾ ਧਰਮ ਹੈ ਕਿ ਜੇ ਮਾੜਾ ਜੀ ਇਹਨਾਂ ਦੇ ਉੱਪਰ ਉਂਗਲੀ ਚੁੱਕੀ ਤੇ ਬੜੀ ਛੇਤੀ ਹੈ ਉਤਸ਼ਾਹਿਤ ਹੋ ਕੇ ਜਿਹੜਾ ਹੈਗਾ ਕਿ ਇਹਦਾ ਵਿਰੋਧ ਕਰਦੇ ਆ ਕਿਤੇ ਸਸਤੀ ਲੋਕਪ੍ਰਿਯਤਾ ਵਾਸਤੇ ਇੱਕ ਪਬਲਿਸਿਟੀ ਵਾਸਤੇ ਇਹ ਕੰਮ ਤੇ ਨਹੀਂ ਕੀਤੇ ਜਾ ਰਹੇ ਕਿਉਂਕਿ ਪਿਛਲੇ ਮਹੀਨੇ ਵੀ ਮਨਮਰਜ਼ੀਆ ਪਿਕਚਰ ਦੇ ਵਿੱਚ ਇਹੋ ਜਿਹੀ ਗੱਲਾਂ ਹੋਈਆਂ ਸੀਗੀਆਂ ਮੈਂ ਅਗਰ ਇਸ ਪਰਟੀਕੁਲਰ ਮੂਵੀ ਦੀ ਗੱਲ ਕਰਾਂ ਤੇ ਕਿਉਂਕਿ ਇਮੀਡੀਏਟਲੀ ਜਿਹੜਾ ਰਿਸਪੌਂਸ ਉਹਨਾਂ ਨੇ ਕੀਤਾ ਹੈ ਨਾ ਜੇਕਰ ਮੈਂ ਸਮਝਦਾ ਕਿ ਬੇਸਿਕਲੀ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਮੂਵੀਜ਼ ਬਣ ਗਈਆਂ ਨੇ ਉਹਦੇ ਅੰਦਰ ਕੋਈ ਨਾ ਕੋਈ ਕੰਟਰੋਵਰਸੀ ਜ਼ਰੂਰ ਰੱਖੀ ਜਾਂਦੀ ਆ ਬਾਕੀ ਕੰਟਰੋਵਰਸ਼ੀਅਲ ਹੋਣ ਨਾਲ ਇਹ ਮੂਵੀ ਨੂੰ ਪਬਲਿਸਿਟੀ ਮਿਲਦੀ ਆ ਔਰ ਉਹਦੇ ਅੰਦਰ ਜੋ ਕੰਮ ਤੁਸੀਂ ਪੈਸੇ ਖਰਚ ਕੇ ਟੀਵੀ ਚੈਨਲ ਤੇ ਨਹੀਂ ਕਰ ਸਕਦੇ ਉਹ ਫ੍ਰੀ ਚ ਹੋ ਜਾਂਦਾ ਹੈ ਹਾਂਜੀ ਹਾਂ ਲੇਕਿਨ ਅਗਰ ਇਸ ਪਰਟੀਕੁਲਰ ਮੂਵੀ ਦੀ ਗੱਲ ਜੇ ਮੈਂ ਕਰਾਂ ਤੇ ਮੈਨੂੰ ਇਹ ਜਾਪਦਾ ਕਿ ਜਿੰਨਾ ਇੰਸਟੈਂਟਲੀ ਉਹਨਾਂ ਨੇ ਰਿਪਲਾਈ ਤੁਰੰਤ ਕਰ ਦਿੱਤਾ ਹੈ ਇੱਥੋਂ ਉਹਨਾਂ ਦਾ ਭਾਵਨਾ ਹੀ ਹੈ ਕਿ ਇਹਨੂੰ ਕੇਸ ਕੰਟਰੋਵਰਸੀ ਨਹੀਂ ਬਣਨਾ ਚਾਹੀਦੀ ਮੈਨੂੰ ਲੱਗਦਾ ਉਹ ਇਸ ਰਸਤੇ ਚੱਲੇਗੀ ਔਰ ਜੇਕਰ ਉਹ ਇਹ ਰਸਤਾ ਨਹੀਂ ਅਡੋਪਟ ਕਰਦੇ ਤਾਂ ਡੈਫੀਨੇਟਲੀ ਕੰਟਰੋਵਰਸੀ ਵੱਧਦੀ ਵੀ ਔਰ ਕੰਟਰੋਵਰਸੀ ਬਣਦੀ ਵੀ ਹੁਣ ਇਹਦਾ ਮੂਵੀ ਨੂੰ ਫਾਇਦਾ ਮਿਲਦਾ ਨੁਕਸਾਨ ਮਿਲਦਾ ਤੇ ਰੱਬ ਜਾਣਦਾ ਆਪਾਂ ਇਸ ਬਿਜ਼ਨਸ ਨਹੀਂ ਹੈਗੇ ਪਰ ਇੰਨੀ ਗੱਲ ਜ਼ਰੂਰ ਸਮਝ ਆਉਂਦੀ ਹੈ ਵੀ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਦੇ ਉੱਪਰ ਤੁਰੰਤ ਐਕਸ਼ਨ ਲੈਂਦੇ ਹੋਏ ਕੰਪਲੇਂਟ ਵੀ ਕੀਤੀ ਹੈਗੀ ਔਰ ਪਹਿਲੇ ਵੀ ਕਰਦੇ ਸੀਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਮੌਜੂਦ ਹੈਗੇ ਹਾਂ ਸਾਡੇ ਕਾਲਰ ਦੇ ਨਾਲ ਜੋ ਹੈਗੇ ਨੇ ਅੰਮ੍ਰਿਤਸਰ ਤੋਂ ਜੁੜੇ ਨੇ ਸਰਦਾਰ ਜਤਿੰਦਰ ਸਿੰਘ ਜੀਤੂ ਜੋ ਕਿ ਇੱਕ ਸਿੱਖ ਐਕਟਰ ਨੇ ਔਰ ਡਾਇਰੈਕਟਰ ਵੀ ਨੇ ਔਰ ਬੰਬੇ ਦੇ ਵਿੱਚ ਔਰ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਾਫੀ ਉਹਨਾਂ ਦਾ ਜੋ ਕਿ ਆਵਾਗਮਨ ਉਹਨਾਂ ਦਾ ਰਹਿੰਦਾ ਹੈਗਾ ਉਹਨਾਂ ਦੇ ਨਾਲ ਇੱਕ ਇੱਕ ਐਕਸਪਰਟ ਦੇ ਤੌਰ ਤੇ ਅਸੀਂ ਉਹਨਾਂ ਨਾਲ ਅਸੀਂ ਲਾਈਨ ਤੇ ਜੁੜਦੇ ਹਾਂ ਲਾਈਨ ਤੇ ਲੈਂਦੇ ਹਾਂ ਜੀ ਡਾਇਰੈਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਾਲ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਜੀ ਆਪ ਜੀ ਨੂੰ ਜੋ ਪਤਾ ਹੋਏਗਾ ਕਿ ਜੋ ਇੱਕ ਪਿਕਚਰ ਜੋ ਸ਼ਾਹਰੁਖ ਖਾਨ ਦੀ ਨਵੀਂ ਆ ਰਹੀ ਹੈਗੀ ਹੈ ਜ਼ੀਰੋ ਨਾਮ ਤੋਂ ਉਹਦੇ ਵਿੱਚ ਆਪ ਜੀ ਨੇ ਜੋ ਫੋਟੋ ਦੇਖ ਵੀ ਰਹੇ ਹੋ ਸਕਰੀਨ ਤੇ ਕਿ ਕਿਸ ਤਰੀਕੇ ਕਿਰਪਾਨ ਜਿਹੜੀ ਹੈਗੀ ਆ ਉਹਨਾਂ ਨੇ ਉਹ ਪਹਿਨੀ ਹੋਈ ਹੈ ਔਰ ਗਾਤਰੇ ਸਮੇਤ ਪਹਿਨੀ ਹੋਈ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜੀ ਜੀ ਮੈਂ ਜਿੱਥੋਂ ਤੱਕ ਮੇਰੇ ਕੋਲ ਇਸ ਬਾਰੇ ਜਾਣਕਾਰੀ ਹੈ ਜੀ 2 ਨਵੰਬਰ ਨੂੰ ਮੁੰਬਈ 'ਚ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀਗਾ ਦੁਪਹਿਰੇ 3 ਵਜੇ ਵਡਾਲਾ ਵਿਖੇ ਤੇ ਜੋ ਇਹਦਾ ਟੀਜ਼ਰ ਆ ਟੀਜ਼ਰ ਦੇ ਵਿੱਚ ਥੀਏਟਰੀਕਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਨਜ਼ਰ ਨਹੀਂ ਆਇਆ ਬਟ ਇਹ ਜਿਹੜਾ ਪੋਸਟਰ ਸਾਹਮਣੇ ਆਇਆ ਵਾ ਨੰਗੇ ਸਿਰ ਕਿਰਪਾਨ ਪਾਈ ਹੈ ਸ਼ਾਹਰੁਖ ਖਾਨ ਨੇ ਇੱਕ ਬੇਹੱਦ ਹੀ ਸ਼ਰਮਨਾਕ ਘਟਨਾ ਹੈ ਅਸੀਂ ਇਹਨੂੰ ਘਟਨਾ ਹੀ ਕਵਾਂਗੇ ਬਿਕੋਜ਼ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਹੈ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੰਮ ਕਰਨ ਦਾ ਜਿਹੜਾ ਵਾ ਉਹ ਮੁਖਤਿਆਰੀ ਨਹੀਂ ਆ ਕਿ ਤੁਸੀਂ ਈਵਨ ਕੋਈ ਸਿੱਖ ਵੀ ਜਿਹੜਾ ਨੰਗੇ ਸਿਰ ਕਿਰਪਾਨ ਨਹੀਂ ਪਾ ਸਕਦਾ ਤੇ ਫਿਰ ਬਾਕੀ ਤੇ ਫਿਲਮੀ ਗੱਲ ਦੂਰ ਹੀ ਰਹਿ ਗਈ ਨਾ ਤੇ ਮੇਰੇ ਅਕੋਰਡਿੰਗ ਇਹ ਸਿਰਫ ਇੱਕ ਪਬਲਿਸਿਟੀ ਸਟੰਟ ਆ ਕਿ ਉਹਨਾਂ ਨੂੰ ਸਿਰਫ ਇੱਕ ਸਿੱਖ ਲੱਭਦੇ ਨੇ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਛੇੜਖਾਨੀ ਕੀਤੀ ਜਾਵੇ ਔਰ ਉਸ ਤੋਂ ਬਾਅਦ ਲਾਲਾ ਲਾਲਾ ਹੋਵੇ ਤੇ ਲਾਲਾ ਲਾਲਾ ਤੋਂ ਬਾਅਦ ਫਿਲਮ ਦਾ ਜਿਹੜੀ ਆ ਉਹ ਨੋਟਿਸ ਹੋ ਜਾਏ ਤਕਰੀਬਨ ਸਾਰੇ ਪਾਸੇ ਤੇ ਹੋ ਵੀ ਇਸ ਤਰ੍ਹਾਂ ਰਿਹਾ ਜਿਸ ਤਰ੍ਹਾਂ ਹੁਣ ਪਿੱਛੇ ਵੀ ਇੱਕ ਮੁੱਦਾ ਆਇਆ ਸੀ ਸਿਗਰਟ ਦਾ ਤੇ ਉਹ ਅਲਟੀਮੇਟਲੀ ਹੋਇਆ ਕੀ ਆ ਕਰ ਕੁਛ ਸਕਦੇ ਨਹੀਂ ਸੀ ਫਿਲਮ ਦਾ ਵੀਕ ਚੱਲਦਾ ਪਿਆ ਸੀਗਾ ਤੇ ਵੀਕ ਦੇ ਦੌਰਾਨ ਉਹ ਤੁਸੀਂ ਮੁੱਦਾ ਸਾਹਮਣੇ ਲੈ ਕੇ ਆ ਰਹੇ ਆ ਕਿ ਉਹ ਜਿਹੜਾ ਅਭਿਸ਼ੇਕ ਬੱਚਨ ਉਹ ਸਿਗਰਟ ਪੀ ਰਿਹਾ ਤੇ ਅਲਟੀਮੇਟਲੀ ਕੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਵਾ ਤੇ ਆਪਣੇ ਜਿਹੜੇ ਆ ਰੋਟੀਆਂ ਗਰਮ ਕੀਤੀਆਂ ਜਾ ਰਹੀਆਂ
जीतू जी तुसी देखते हो कि लगातार एहो जे मुद्दे जिहड़े हैगे आ उह सामने आंदे पए हैगे आ होर कुछ महीने का फर्क क्योंकि जे आपां मनमर्जी आ पिक्चर पिछले महीने आए सी हुण नवां जो हैगा विवाद सामने आ गया यानी तकरीबन पहले साल दर साल हुंदा सी हुण हर महीने दर महीने आ चीजां आ रही हैं कि किते ना किते क्योंकि उह जे आ जे किरपान दी असीं जे गल करीए इस तरह का एक पिक्चर जो एक डिशम पिक्चर आई सीगी जिहदे विच जैकलीन फर्नांडिस जो एक्ट्रेस सीगी उहने वी एक गाने दे विच जिहदे विच जॉन इब्राहिम वगैरह एक्ट्रेस एक्टर वी हैगे सीगे उहने वी गाने दे विच इस तरह ही जो गात्रे समेत कृपान जिहड़ी हैगी है उह पाई होई सीगी फिर उहदा वी उहनूं जिहड़ा हैगा बाद चो जो जदों मनजिंदर सिंह सिरसाहरा ने उहदा लीगल एक्शन लिया फिर बाद चो उहनां ने उस सीन नूं जिहड़ा हैगा चेंज वी कीता पर कहिण दा मतलब है कि सुरखियां बटोरन वास्ते अज दे समें दे विच जो है सारे काम किए जा रहे हुण फिर मनजिंदर सिंह सिरसा ने इस उपर कंप्लेंट भावें कीती है पर एक सुरखियां दे विच ते चीज आ गई तुहानूं नहीं लगदा कि इह एक सुरखियां दे विच लिआउण वास्ते अपनी पिक्चर नूं एक पबलिसिटी देण वास्ते कॉन्ट्रोवर्सीज बार बार क्रिएट की जा रही है ताकि एक सिख कौम ऐसी जी कौम हैगी है जी छेती जिदा हैगा दिल जरा छेती जरा हैगा समझ दे कि यदि धार्मिक भावना असं भड़का देवे तो सिख छेती इस इशू हाईलाइट कर देंगे छेती ये उपर अपने रिप्लाई जोड़े है देने तुम लगता है कि ये पिछे पबलिसिटी बटोरन की साजिश चल रही है बिल्कुल गुरप्रीत जी इस तरह ही है कि जो किसी भी धर्म कोई भी हो किसी की भी धर्म के नाल जो कोई छेड़खानी की जाती है तो मुद्दा बहुत जल्दी हाईलाइट होता है मैं ये नहीं समझ आती कि जो इस तरह का मुद्दा आता है चाहे महीने बाद आए चाहे साल बाद आए असं उदों ही प्रोसीड करते हैं असं उदों ही उस पर एक्शन लें तो क्यों नहीं असं पहला इस तरह का कोई एक्शन लिता जाए मैं इतना दसना चाहवागा कि जो असं फिल्म सेंसर करते हैं सेंसर बोर्ड लई फिल्म जाती है तो पर्टिकुलर मार्क लगता है जेकर तुहाडी फिल्म 2 घंटे 16 मिनट 17 मिलीसेकंड उत्ते जाके खत्म होंदी है ना तो सेंसर बोर्ड के कोल एक शुरू तो लैके एंड तक जो तक दी एंड नहीं आ जाता वो पूरी मार्क की फिल्म सेंसर बोर्ड के अंदर जमा होंदी है बकायदा उस फिल्म हार्ड डिस्क के पा के उत्ते लाख ला के रखा जाता है और जो ऑब्जेक्शनेबल सीन होंगे ने फिल्म के दौरान जो असं फिल्म चेक करते हैं वो पांच एक्सपर्ट्स बह के फिल्म देखते हैं जिन्होंने सेंसर बोर्ड मैंबर किया जाता है वो पांच बंदे फिल्म जाके देखते हैं जेडे सीन के उत्ते ऑब्जेक्शन होंगे वो सीन नोट किया जाता है जिवें सपोज 11 मिनट के उत्ते फिल्म ऑब्जेक्शन है तो 11 मिनट का सीन जो जेड़े भी धर्म के रिलेटेड है अगर उत्थे कहा जाए तो फिल्म का सीन चेंज हो सकता है मैनू यह नहीं समझ आती कि सेंसर बोर्ड के हले तक कोई भी इस तरह का सिख नहीं है जिहड़ा नहीं जा सकता जेकर कोई गया भी है तो वह हले तक वो बंदा अपने धर्म के गल क्यों नहीं रख रहा पिछे काफी फिल्मों के इस तरह के विवाद सामने आए ने ते फिर क्यों नवीं नवीं चीजा सामने आ रही ने हालांकि पता नहीं है कि इस फिल्म जीरो दे विच अगे जाके फिल्म दे विच ये सीन होणगे जां नहीं होणगे जिहड़ा इहने पोस्टर पाया सिर्फ पबलिसिटी का एक जरिया ना हो बट जेकर असीं गल करदे आ कि फिल्म दे विच कई सीन इस तरह दे आंदे ने सिखां नूं मजाक दे तौर ते उड़ाया बनाया जांदा जां सिख ही नशेड़ी विखाए जा रहे ने जां सिखां दे हत्थ सिगरट फड़ा के उहनां नूं रोल कराया जा रहा बट क्यों फिल्म दे विच मैं तुहानूं दस दवां कि फिल्म की जिहड़ी फाइल हुंदी है डीसीपी जिहनूं असीं कहिंदे आ डिजिटल सिनेमा पैकेज उस सेंसर बोर्ड 'च जांदी है सेंसर बोर्ड तों बकायदा फिल्म मार्क होके पूरी पूरी फिल्म तुसीं इह वी नहीं कह सकदे कि फिल्म दे विच उह सीन कट्टिया सी जी जां नहीं सी कट्टिया जां बाद 'च आ गया ऑब्जेक्शनेबल सीन है जो दोबारा रीचैक होंगे ने जेकर तुहानूं लगता है कि वह फिल्म दे विच सीन नहीं सी होना चाहिए फिर किस तरह आ गया तो असीं रीचैक कर सकते हैं साडे कोल ऑप्शन हैगी है हुण मैं इत्थे एक गल कहनी चाहांगा कि क्यों इस तरह की चीजा हो रही ने कि राजकुमार संतोषी वर्गे जो महान डायरेक्टर ने जो बहुत समय लंबे समय तो काम कर रहे हैं जी इस फिल्म की गल कर ली जीरो की मेरे साहब डायरेक्टर ने अजय आनंद एल राय जी उन्होंने ये फिल्म डायरैक्ट किया ਹੁਣ ਮੈਨੂੰ ਨਹੀਂ ਲੱਗਦਾ ਕਿ ਫਿਲਮ ਦੇ ਵਿੱਚ ਇਹ ਸੀਨ ਹੋਣਗੇ ਜਾਂ ਨਹੀਂ ਹੋਣਗੇ ਜੋ ਫਿਲਮ ਪੋਸਟਰ ਦੇ ਵਿੱਚ ਦਿਖਾਏ ਗਏ ਆ ਹਾਂ ਕਿਉਂਕਿ ਅਜੇ ਸਿਰਫ ਇੱਕ ਪੋਸਟਰ ਦੇ ਤੌਰ ਤੇ ਦਿਖਾਇਆ ਗਿਆ ਇੱਕ ਪੋਸਟਰ ਲਾਂਚ ਕੀਤਾ ਗਿਆ ਦਾ ਜੀ ਬਿਲਕੁਲ ਜੀ ਇਹ ਜਿਹੜਾ ਪੋਸਟਰ ਲਾਂਚ ਕੀਤਾ ਗਿਆ ਵਾ ਇਹ ਮੈਨੂੰ ਸਿਰਫ ਤੇ ਸਿਰਫ ਸਾਰੇ ਇੱਕ ਪਬਲਿਸਿਟੀ ਦਾ ਜ਼ਰੀਆ ਨਜ਼ਰ ਆ ਰਿਹਾ ਮੈਨੂੰ ਨਹੀਂ ਲੱਗਦਾ ਕਿ ਹੋ ਸਕਦਾ ਕਿ ਫਿਲਮ ਦੇ ਵਿੱਚ ਕਿਉਂਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਮੈਨੂੰ ਲੱਗਦਾ ਸੀ ਟ੍ਰੇਲਰ 'ਚ ਵੀ ਇਹ ਚੀਜ਼ ਸਾਹਮਣੇ ਆਣੀ ਚਾਹੀਦੀ ਸੀ ਠੀਕ ਹੈ ਤੇ ਤੁਸੀਂ ਜੇ ਆਪ ਤੁਸੀਂ ਗੱਲ ਕੀਤੀ ਕਿ ਸੈਂਸਰ ਬੋਰਡ ਦੇ ਵਿੱਚ ਕੋਈ ਬੰਦਾ ਹੋਣਾ ਚਾਹੀਦਾ ਇਸ ਤੋਂ ਪਹਿਲੇ ਆਪਾਂ ਦੱਸ ਦਈਏ ਗੁਰਪ੍ਰੀਤ ਕੌਰ ਚੱਡਾ ਜਿਹੜੇ ਕਾਂਗਰਸੀ ਲੀਡਰ ਵੀ ਸਨ ਬੰਬੇ ਦੇ ਉਹ ਸੈਂਸਰ ਬੋਰਡ ਦੇ ਵਿੱਚ ਸੀਗੇ ਪਰ ਉਹਨਾਂ ਦੇ ਹੋਣ ਦੇ ਬਾਵਜੂਦ ਵੀ ਕਈ ਫਿਲਮਾਂ ਦੇ ਵਿੱਚ ਸਾਨੂੰ ਇਹ ਪ੍ਰੋਬਲਮ ਆਈ ਹੈ ਜਿਸ ਤਰ੍ਹਾਂ ਕਿ ਸਿੰਘ ਇਜ਼ ਬਲਿੰਗ ਜਿਹੜੀ ਅਕਸ਼ੇ ਕੁਮਾਰ ਦੀ ਪਿਕਚਰ ਸੀਗੀ ਉਹਦੇ ਟ੍ਰੇਲਰ ਦੇ ਵਿੱਚ ਵੀ ਪ੍ਰੋਬਲਮ ਸੀਗੀ ਔਰ ਕਈ ਤਰੀਕੇ ਦੀ ਹੋਰ ਵੀ ਕਈ ਫਿਲਮਾਂ ਦੇ ਵਿੱਚ ਸੀਗੀਆਂ
ਪਰ ਕੀ ਮਤਲਬ ਸਿੱਖ ਇੱਕ ਇੱਕ ਗੱਲ ਕਹਿ ਦਿੱਤੀ ਕਿ ਇੱਕ ਡਿਮਾਂਡ ਆਈ ਕਿ ਜਾਂ ਤੇ ਸੈਂਸਰ ਬੋਰਡ ਦੇ ਵਿੱਚ ਆਪਣਾ ਇੱਕ ਸਿੱਖ ਨੁਮਾਇੰਦਾ ਹੋਵੇ ਜਾਂ ਇੱਕ ਸਾਡੀ ਜਿਹੜੀ ਇੱਕ ਐਸੇ ਇੱਕ ਡੈਲੀਗੇਸ਼ਨ ਬਣੇ ਇੱਕ ਇੱਕ ਕਮੇਟੀ ਬਣੇ ਜੋ SGPC ਜਾਂ ਦਿੱਲੀ ਕਮੇਟੀ ਜਾਂ ਕੋਈ ਵੀ ਜਿਹੜੀ ਤਖਤ ਸਾਹਿਬ ਦੀ ਜਿਹੜੀ ਕਮੇਟੀ ਜਿਹੜੀ ਹੈਗੀ ਆ ਇੱਕ ਕਮੇਟੀ ਬਣੇ ਜਿਹਦੇ ਤੋਂ ਜੇ ਕੋਈ ਇਹੋ ਜਿਹੀ ਕੋਈ ਗੱਲ ਹੈਗੀ ਉਹ ਚੀਜ਼ਾਂ ਹੋਏ ਤੇ ਸੈਂਸਰ ਕਰਾਈ ਜਾ ਸਕਣ ਸੈਂਸਰ ਬੋਰਡ ਤੋਂ ਬਾਅਦ ਜਿਹੜੀ ਹੈਗੀ ਹੈ ਧਾਰਮਿਕ ਜਿਹੜੀ ਕੋਈ ਜਥੇਬੰਦੀ ਇੱਕ ਨੁਮਾਇੰਦਗੀ ਬਣੇ ਤੁਹਾਨੂੰ ਲੱਗਦਾ ਕਿ ਇਹ ਹੋਣ ਦੇ ਬਾਵਜੂਦ ਵੀ ਜੇ ਗੁਰਪ੍ਰੀਤ ਕੌਰ ਚੱਡਾ ਹੈਗੀ ਫਿਰ ਵੀ ਇਹ ਪ੍ਰੋਬਲਮ ਆ ਰਹੀ ਹੈਗੀ ਹੈ ਫਿਰ ਇਹਦਾ ਸੋਲੂਸ਼ਨ ਕਿੱਥੇ ਬਣਦਾ ਦੇਖੋ ਮੈਂ ਗੁਰਪ੍ਰੀਤ ਕੌਰ ਚੱਡਾ ਜੀ ਨੂੰ ਆਪਣਾ ਬੜੇ ਨਿੱਜੀ ਤੌਰ ਤੇ ਜਾਣਦਾ ਵਾਂ ਮੇਰੀ ਫਿਲਮ ਆਈ ਸੀ ਇੱਕ ਕਿਰਦਾਰ ਹੈ ਸਰਦਾਰ ਉਹਦੇ ਵਿੱਚ ਉਹਨਾਂ ਨੇ ਬੜਾ ਅੱਛਾ ਇੱਕ ਕਰੈਕਟਰ ਪਲੇ ਕੀਤਾ ਸੀਗਾ ਉਹ ਇੱਕ ਐਕਟਰ ਵੀ ਨੇ ਉਹ ਇੱਕ ਪੋਲੀਟੀਕਲ ਵੀ ਨੇ ਪੋਲੀਟੀਸ਼ੀਅਨ ਨੇ ਬਹੁਤ ਅੱਛਾ ਆਪਣਾ ਰੋਲ ਨਿਭਾ ਵੀ ਦੇ ਨੇ ਹਰ ਪਾਸੇ ਬਟ ਕੀ ਹੁੰਦਾ ਸਰ ਹਰ ਫਿਲਮ ਹਰ ਸੈਂਸਰ ਬੋਰਡ ਵਾਲਾ ਮੈਂਬਰ ਨਹੀਂ ਪਾਸ ਕਰਦਾ ਹੁਣ ਜੇਕਰ ਗੁਰਪ੍ਰੀਤ ਕੌਰ ਚੱਡਾ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਦੇ ਥਰੂ ਜਿਹੜੀਆਂ ਫਿਲਮਾਂ ਨਿਕਲੀਆਂ ਨੇ ਉਹਨਾਂ ਨੇ ਜੇਕਰ ਉੜਦਾ ਪੰਜਾਬ ਫਿਲਮ ਆਈ ਸੀ ਤੇ ਉੜਦਾ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਸਾਹਮਣੇ ਰੱਖੀ ਸੀ ਕਿ ਉੜਦਾ ਪੰਜਾਬ ਹੀ ਕਿਉਂ ਉੜਦਾ ਮਹਾਰਾਸ਼ਟਰ ਜੇਕਰ ਨਾਮ ਰੱਖ ਦਿੱਤਾ ਜਾਵੇ ਤਾਂ ਮਰਾਠੀ ਲੋਕਾਂ ਨੂੰ ਕਿਸ ਤਰ੍ਹਾਂ ਦਾ ਲੱਗੇਗਾ ਉੜਦਾ ਹਰਿਆਣਾ ਰੱਖ ਦਿੱਤਾ ਜਾਵੇ ਤੇ ਹਰਿਆਣੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਲੱਗੇਗਾ ਕਿਤੇ ਨਾ ਕਿਤੇ ਉਸ ਚੀਜ਼ ਦਾ ਫਾਇਦਾ ਤੇ ਸੀਗਾ ਸਾਨੂੰ ਬਟ ਹਾਲੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ ਇਸ ਕਰਕੇ ਇਸ ਮੁੱਦੇ ਨੂੰ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈਗੀ ਆ ਜੀ ਜੇਕਰ ਅਸੀਂ ਨਹੀਂ ਲਵਾਂਗੇ ਗੰਭੀਰਤਾ ਨਾਲ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਜਿਹੜੇ ਸਿੱਟੇ ਆ ਉਹ ਬੜੇ ਭਿਆਨਕ ਨਿਕਲਣ ਵਾਲੇ ਆ ਤੁਸੀਂ ਇਹਦੇ ਵਿੱਚ ਇੱਕ ਸੋਲੂਸ਼ਨ ਦੇ ਤੌਰ ਤੇ ਕਿਹੜੀ ਇਹ ਗੱਲ ਆਪਣੇ ਸਾਹਮਣੇ ਰੱਖਣਾ ਚਾਹੋਗੇ ਆਪਣਾ ਕੀ ਇੱਕ ਸੁਜੈਸ਼ਨ ਸਾਹਮਣੇ ਰੱਖਣਾ ਚਾਹੋਗੇ ਜੀ ਮੇਰਾ ਤੇ ਇਹੀ ਸੁਜੈਸ਼ਨ ਹੈ ਸਭ ਤੋਂ ਪਹਿਲਾਂ ਤੇ ਅਸੀਂ ਇੱਕ ਇੱਥੇ ਪੰਜਾਬ ਦੇ ਵਿੱਚ ਕਮੇਟੀ ਬਣਾਈ ਸੀਗੀ ਕਿ ਪੰਜਾਬ ਦਾ ਸੈਂਸਰ ਬੋਰਡ ਪੰਜਾਬ ਕੋਲ ਹੀ ਹੋਣਾ ਚਾਹੀਦਾ ਮੈਂ ਉਹਦਾ ਤੁਹਾਨੂੰ ਕਾਰਨ ਦੱਸਦਾ ਜੀ ਕੀ ਹੈ ਅੱਜ ਤਕਰੀਬਨ ਪੰਜਾਬ ਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 120 ਫਿਲਮਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਆਉਣ ਵਾਲੀ 120 ਫਿਲਮਾਂ ਪਈਆਂ ਨੇ ਪੰਜਾਬ ਦੀ ਜੇਕਰ ਗੱਲ ਕਰਾਂ ਤੇ ਸਿਰਫ ਪੰਜਾਬੀ ਫਿਲਮਾਂ 120 ਆ ਜਿਹੜੀਆਂ ਕਿ ਆਉਣ ਵਾਲੀਆਂ ਬਟ ਫਿਰ ਵੀ ਪੰਜਾਬ ਦੀ ਫਿਲਮ ਸੈਂਸਰ ਕਰਾਉਣ ਵਾਸਤੇ ਨਾਰਥ ਜ਼ੋਨ ਜਿਹੜਾ ਕਿ ਦਿੱਲੀ ਸੈਂਸਰ ਬੋਰਡ ਬਣਾਇਆ ਗਿਆ ਉਹ ਸਾਨੂੰ ਦਿੱਲੀ ਜਾਣਾ ਪੈਂਦਾ ਫਿਰ ਜੇਕਰ ਕੋਈ ਅਸੀਂ ਗੱਲ ਕਰਦੇ ਹਾਂ ਜੇ ਫਿਲਮ ਦੇ ਵਿੱਚ ਕੋਈ ਐਨੀਮਲ ਯੂਜ਼ ਕੀਤਾ ਤੇ ਉਹਦੇ ਲਈ ਸਾਨੂੰ ਚੇਨਈ ਜਾਣਾ ਪੈਂਦਾ ਅਲਟੀਮੇਟਲੀ ਪ੍ਰੋਡਿਊਸਰ ਵੀ ਹਰਾਸ ਹੋ ਰਿਹਾ ਤੇ ਡਾਇਰੈਕਟਰ ਤੇ ਹੋ ਹੀ ਰਿਹਾ ਫਿਰ ਜਦੋਂ ਉਧਰਲੇ ਪਾਸੇ ਦੇ ਸੈਂਸਰ ਦੇ ਮੈਂਬਰ ਹੋਣਗੇ ਤੇ ਉਹਨਾਂ ਨੂੰ ਪੰਜਾਬੀ ਲੈਂਗੁਏਜ ਹੀ ਨਹੀਂ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਆ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਸਿੱਖਾਂ ਦੀ ਭਾਵਨਾਵਾਂ ਕੀ ਹੋ ਸਕਦੀ ਹੋ ਸਕਦਾ ਕਿ ਉਹਨਾਂ ਕੋਲ ਇਹ ਚੀਜ਼ਾਂ ਉਹਨਾਂ ਉਹ ਜਾਣ ਕੇ ਨਾ ਵੀ ਕਰਦੇ ਉਹਨਾਂ ਨੂੰ ਕੋਈ ਗਲਤੀ ਨਾ ਹੋ ਜਾਂਦੀ ਹੋਣ ਉਹਨਾਂ ਨੇ ਕਿਉਂਕਿ ਜਦੋਂ ਸੈਂਸਰ ਨੇ ਸਰਟੀਫਿਕੇਟ ਦੇਣਾ ਵਾ ਉਹਨੇ ਤੁਹਾਨੂੰ ਯੂ ਸਰਟੀਫਿਕੇਟ ਦੇਣਾ ਜਾਂ UA ਦੇਣਾ ਉਹਨਾਂ ਨੇ ਇਹ ਚੀਜ਼ ਦੇਖ ਕੇ ਦੇਣੀ ਹੈ ਕਿ ਫਿਲਮ ਦੇ ਵਿੱਚ ਵਲਗਰ ਚੀਜ਼ ਤਾਂ ਨਹੀਂ ਹੈ ਕੋਈ ਗਾਲਾਂ ਤਾਂ ਨਹੀਂ ਇਸਤੇਮਾਲ ਕੀਤੀਆਂ ਗਈਆਂ ਬੱਚਿਆਂ ਦੇ ਵੇਖਣ ਵਾਲੀ ਫਿਲਮ ਹੈ ਜਾਂ ਕਿਸ ਟਾਈਪ ਦੀ ਫਿਲਮ ਹੈ ਜਾਂ ਕਿਸੇ ਕਿਸ ਰੀਜ਼ਨ ਦੇ ਵਿੱਚ ਵੇਖਣ ਵਾਲੀ ਫਿਲਮ ਹੈ ਉਹਨਾਂ ਨੇ ਉਸ ਦੇ ਅਕੋਰਡਿੰਗ ਤੁਹਾਨੂੰ ਸੈਂਸਰ ਬੋਰਡ ਦੇਣਾ ਉਹਨਾਂ ਨੇ ਇਹ ਦੇਖ ਕੇ ਸੈਂਸਰ ਬੋਰਡ ਤੁਹਾਨੂੰ ਕਦੀ ਵੀ ਨਹੀਂ ਦੇਣਾ ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਫਿਲਮ ਪਾਸ ਕਰਨ ਦੇ ਲਈ ਜਿਹੜੇ ਮੈਂਬਰ ਬੈਠੇ ਨੇ ਉੱਥੇ ਇਹ ਗੱਲ ਵੇਖੀ ਜਾਂਦੀ ਹੈ ਕਿ ਫਿਲਮ ਜਿਹੜਾ ਬੰਦਾ ਪਾਸ ਕਰ ਰਿਹਾ ਵਾ ਉਹਨੂੰ ਪੰਜਾਬੀ ਦੀ ਨੌਲੇਜ ਹੀ ਨਹੀਂ ਹੈਗੀ ਜ਼ਰੂਰੀ ਹੈ ਕਿ ਜਦੋਂ ਫਿਲਮ ਪੰਜਾਬੀ ਦੀ ਫਿਲਮ ਹੈ ਜਾਂ ਪੰਜਾਬ ਦੇ ਨਾਲ ਰਿਲੇਟਡ ਫਿਲਮ ਹੈ ਜਾਂ ਜਿਸ ਫਿਲਮ ਦੇ ਵਿੱਚ ਸਿੱਖ ਕਿਰਦਾਰ ਹੈ ਉਸ ਫਿਲਮ ਦੇ ਲਈ ਸਿੱਖ ਮੈਂਬਰਸ ਦਾ ਵਿੱਚ ਬਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਕਿ ਨਹੀਂ ਹੋ ਰਿਹਾ ਸੋ ਮੇਰੀ ਇਹ ਮੰਗ ਹੈ ਕਿ ਜਾਂ ਮੇਰੀ ਕਿ ਪੂਰੇ ਪੰਜਾਬ ਦੀ ਜਾਂ ਪੂਰੇ ਸਿੱਖਾਂ ਦੀ ਇਹ ਮੰਗ ਹੋਏਗੀ ਕਿ ਪੰਜਾਬ ਦਾ ਸੈਂਸਰ ਬੋਰਡ ਪਹਿਲਾਂ ਤੇ ਪੰਜਾਬ ਕੋਲ ਹੋਣਾ ਚਾਹੀਦਾ ਜੇਕਰ ਪੰਜਾਬ ਦਾ ਸੈਂਸਰ ਬੋਰਡ ਪੰਜਾਬ ਕੋਲ ਆ ਜਾਏਗਾ ਉਸ ਤੋਂ ਬਾਅਦ ਆਟੋਮੈਟਿਕਲੀ ਵਿੱਚ ਸਿੱਖ ਮੈਂਬਰ ਵੀ ਬੈਠਣਗੇ ਜਿਨ੍ਹਾਂ ਨੂੰ ਭਾਵਨਾਵਾਂ ਦਾ ਪਤਾ ਹੋਏਗਾ ਜਿੱਥੇ ਕੋਈ ਓਬਜੈਕਸ਼ਨੇਬਲ ਸੀਨ ਲੱਗਦਾ ਉਸ ਸੀਨ ਬਾਰੇ ਕਮੇਟੀ 'ਚ ਗੱਲ ਕਰ ਸਕਦਾ ਹੈ ਠੀਕ ਹੈ ਵੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਆਪਣੇ ਸੁਜੈਸ਼ਨਸ ਜੋ ਰੱਖੇ ਹੈਗੇ ਆ ਬਹੁਤ ਬਹੁਤ ਤੁਹਾਡਾ ਸ਼ੁਕਰ ਕਰਦੇ ਹਾਂ ਅਸੀਂ ਔਰ ਇਸੇ ਤਰੀਕੇ ਉਮੀਦ ਕਰਦੇ ਤੁਸੀਂ ਅਕਾਲ ਚੈਨਲ ਦਰਸ਼ਕਾਂ ਦੇ ਨਾਲ ਇਸ ਤਰੀਕੇ ਸੰਗਤ ਦੇ ਅੱਗੇ ਅਪਡੇਟਡ ਰਹੋਗੇ ਔਰ ਸਾਰੀ ਇਨਫੋਰਮੇਸ਼ਨ ਸਾਂਝੀ ਕਰਦੇ ਰਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ